ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਆ ਜਿਹੜਾ ਭੰਬਲ ਭੁੱਸਾ ਇੱਧਰ ਉੱਧਰ ਲੋਕਾਂ ਨੂੰ ਪਾਇਆ ਵੀ ਆ ਤੁਸੀਂ, ਹੁਣ ਤੁਸੀਂ ਆਪਦੀਆਂ ਗੱਲਾਂ 'ਤੇ ਖਰਾ ਉਤਰੋ। ਤੁਹਾਡੀ ਆਲਰੇਡੀ ਵੀਡੀਓ ਲੋਕ ਵੇਖ ਰਹੇ ਨੇ ਜਿੱਥੇ ਤੁਸੀਂ ਆਖਿਆ ਸੀ ਗਰਦਾਵਰੀ ਗੁਰਦੂਰੀ ਦੀ ਲੋੜ ਨਹੀਂ ਹੈ, ਕਿਸਾਨ ਨੂੰ ਮੁਆਵਜ਼ਾ ਸਿੱਧਾ ਦੇ ਦਿੱਤਾ ਜਾਣਾ ਚਾਹੀਦਾ। ਪਰ ਮੈਂ ਤੁਹਾਨੂੰ ਇਹ ਬੇਨਤੀ ਕਰਦਾ, ਗਰਦਾਵਰੀ ਕਰ ਲਓ 15 ਦਿਨਾਂ ਦੇ ਅੰਦਰ, ਸਪੈਸ਼ਲ ਗਰਦਾਵਰੀ ਦੇ ਆਰਡਰ ਕਰਕੇ ਗਰਦਾਵਰੀ ਕਰ ਲਓ, ਲੇਕਿਨ ਕਿਸਾਨਾਂ ਨੂੰ ਮੰਗਦਾ ਮੁਆਵਜ਼ਾ ਘੱਟੋ ਘੱਟ, ਮੈਂ ਨਹੀਂ ਕਹਿੰਦਾ 1.5 ਲੱਖ ਦੇ ਦਿਓ, 50,000 ਦੇ ਦਿਓ, ਲੇਕਿਨ ਕਿਸਾਨ ਦੀ ਜਿਹੜੀ ਫਸਲ ਦਾ ਨੁਕਸਾਨ ਹੋਇਆ, ਕਿਉਂਕਿ ਆੜ੍ਹਤੀਆ ਉਹਨੂੰ ਪੈਸੇ ਨਹੀਂ ਦੇਵੇਗਾ, ਆੜ੍ਹਤੀਆ ਪੈਸੇ ਨਹੀਂ ਦੇਵੇਗਾ, ਔਰ ਕੋਲ ਬੀਜਣ ਨੂੰ ਪੈਸੇ ਨਹੀਂ ਹੋਣਗੇ, ਫਸਲ ਮੁਕੰਮਲ ਤੌਰ 'ਤੇ ਖਰਾਬ ਹੋ ਚੁੱਕੀ ਹੈ। ਖਾਸ ਕਰਕੇ ਮਾਲਵਾ ਦਾ ਬਹੁਤ ਸਾਰਾ ਏਰੀਆ ਜਿਹੜਾ ਬਾਰਿਸ਼ ਨਾਲ ਸਾਡੀਆਂ ਫਸਲਾਂ ਖਰਾਬ ਹੋਈਆਂ, ਉਹ ਪਟਿਆਲੇ ਤੋਂ ਲੈ ਕੇ ਅਤੇ ਇੱਧਰ ਫਾਜ਼ਿਲਕਾ ਤੱਕ, ਅਤੇ ਮੈਂ ਬੇਨਤੀ ਕਰਾਂਗੇ ਘੱਟੋ ਘੱਟ 30,000 ਰੁਪਇਆ ਤੁਸੀਂ ਜਲਦੀ ਲੋਕਾਂ ਨੂੰ ਇਹ ਮੁਆਵਜ਼ਾ ਭੇਜੋ, ਤਾਂ ਜੋ ਅਗਲੀ ਫਸਲ ਉਹ ਵੀ ਸਕਣ, ਅਤੇ ਨਾਲ ਹੀ ਨਾਲ ਗਰੀਬ ਭਰਾਵਾਂ ਨੂੰ, ਜਿਹੜੇ ਗਰੀਬ ਹੈ ਜਿਨ੍ਹਾਂ ਦੇ ਮਕਾਨ ਡਿੱਗ ਪਏ, ਜਿਨ੍ਹਾਂ ਦੀ ਇੱਕ ਸ਼ਮਸੀ ਉਹ ਡਿੱਗ ਪਈ, ਉਹਨਾਂ ਨੂੰ ਘੱਟੋ ਘੱਟ 1,20,000 ਰੁਪਇਆ, ਕਿਉਂਕਿ ਕਮਰਾ ਰਸੋਈ ਅਤੇ ਇੱਕ ਉਹਨਾਂ ਦਾ ਬਾਥਰੂਮ, ਇੰਨੇ ਕੁ ਪੈਸੇ ਨਾ ਬਣੇਗਾ। ਮੈਨੂੰ ਲੱਗਦਾ ਸਰਕਾਰ ਨੂੰ ਤਵੱਜੋ ਦੇਣੀ ਚਾਹੀਦੀ ਹੈ। ਔਰ ਖੁਦ ਭਗਵੰਤ ਮਾਨ ਸਾਹਿਬ ਇਹ ਕਹਿੰਦੇ ਸੀ ਕਿ ਅਸੀਂ ਕਿਸਾਨ ਨੂੰ ਬੋਲਣ ਨਹੀਂ ਦਿਆਂਗੇ, ਔਰ ਕੇਜਰੀਵਾਲ ਸਾਹਿਬ ਨੇ ਕਿਹਾ ਸੀ 1 ਅਪ੍ਰੈਲ ਤੋਂ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ। ਅੱਜ ਕਿਸਾਨ ਖੁਦਕੁਸ਼ੀਆਂ ਦੇ ਕਿਨਾਰੇ ਆ ਬੈਠਾ ਹੈ। ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਇਹਦੇ ਵੱਲ ਤਵੱਜੋ ਦੇਣ।